ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਇਹ ਬਰਨਾਲਾ ਚੰਡੀਗੜ੍ਹ ਦੇ ਮੁੱਖ ਮਾਰਗ ਦੀਆਂ ਉਸ ਵੇਲੇ ਦੀਆਂ ਲਾਈਵ ਤਸਵੀਰਾਂ ਨੇ ਜਿਨ੍ਹਾਂ ਨੂੰ ਵੇਖ ਇੱਕ ਵਾਰ ਤੁਸੀਂ ਵੀ ਦੰਗ ਰਹਿ ਜਾਓਗੇ। ਜੀ ਹਾਂ, ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਇਹ ਤਸਵੀਰਾਂ ਬਰਨਾਲੇ ਦੀਆਂ ਹੀ ਨੇ, ਜਿੱਥੇ ਕਾਰ ਦਾ ਟਾਇਰ ਫਟਣ ਕਾਰਨ ਕਾਰ ਬੇਕਾਬੂ ਹੋ ਗਈ ਤੇ ਕਾਰ ਇੱਕ ਖੰਭੇ ਦੇ ਵਿੱਚ ਜਾ ਟਕਰਾਈ। ਦੱਸਣਯੋਗ ਹੈ ਕਿ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ। ਉੱਥੇ ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਜ਼ਖਮੀ ਹੋਏ ਕਾਰ ਚਾਲਕ ਨੂੰ ਸਿਵਲ ਹਸਪਤਾਲ ਬਰਨਾਲਾ 'ਚ ਭਰਤੀ ਕਰਵਾ ਦਿੱਤਾ ਅਤੇ ਕਾਰ ਵਿੱਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਵੀ ਬਰਾਮਦ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਾਕੀ ਜ਼ਖਮੀ ਹੋਏ ਕਾਰ ਚਾਲਕ ਦੇ ਠੀਕ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਸ਼ਰਾਬ ਕਿੱਥੋਂ ਲਿਆਂਦੀ ਗਈ ਸੀ। ਅੱਜ ਬਹੁਤ ਭੈੜਾ ਐਕਸੀਡੈਂਟ ਹੋਇਆ। ਆਹ ਦੇਖੋ ਤੁਸੀਂ, ਐਡਾ ਵੱਡਾ ਖੰਭਾ ਪੱਟ ਕੇ ਲਿਆ ਕੇ ਦੁਕਾਨ ਦੇ ਮੂਹਰੇ ਸਿੱਟਤਾ। ਇੱਥੇ ਮੋਟਰਸਾਈਕਲ ਖੜ੍ਹੇ ਸੀ ਦੋ, ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ। ਗੱਡੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਲੱਦੀਆਂ ਹੋਈਆਂ ਸੀਗੀਆਂ ਜੋ ਇੱਥੇ ਸੜਕ 'ਤੇ ਸਾਰੀ ਦੇ ਖਿੱਲਰ ਗਈਆਂ। ਫਿਰ ਲੋਕ ਵੀ ਲੈ ਗਏ ਕੁਛ ਉਹਦੇ ਵਿੱਚੋਂ ਚੱਕ ਕੇ, ਹੁਣ ਪੁਲਿਸ ਵਾਲੇ ਗੱਡੀ ਗੁੱਡੀ ਲੈ ਗਏ। ਪਰ ਇੱਥੇ ਨੁਕਸਾਨ ਇੱਕ ਗੱਡੀ ਦਾ ਵੀ ਹੋਇਆ, ਸਾਡੀ ਗੱਡੀ ਸਾਈਡ 'ਤੇ ਖੜ੍ਹੀ ਸੀ, ਉਹ ਗੱਡੀ ਦੇ ਵਿੱਚ ਵੀ ਆ ਕੇ ਕੁਛ ਵੱਜਿਆ, ਉਹਦੀ ਡਿੱਗੀ ਦੇ ਵਿੱਚ ਡੈਂਟ ਪੈ ਗਿਆ। ਬਿਊਰੋ ਰਿਪੋਰਟ, ਪ੍ਰੈਸ ਪਬਲਿਕ ਨਿਊਜ਼।